ਹਾਂਜੀ, ਤਾਂ ਰੇਲਵੇ ਦੀ ਭਰਤੀ ਵਾਸਤੇ ਇਹ ਡਾਕੂਮੈਂਟ ਚਾਹੀਦੇ ਆ ਆਪਣੇ ਕੋਲ। ਰੇਲਵੇ ਭਰਤੀ ਡਾਕੂਮੈਂਟ ਸਭ ਤੋਂ ਪਹਿਲਾਂ ਇੱਕ ਨੰਬਰ 'ਤੇ ਆਧਾਰ ਕਾਰਡ ਸੈਂਡ ਕਰਨਾ, ਉਸ ਤੋਂ ਦੂਜੇ ਨੰਬਰ 'ਤੇ ਪਾਸਪੋਰਟ ਸਾਈਜ਼ ਫੋਟੋ, 3 ਨੰਬਰ 'ਤੇ ਆਪਣੇ ਕੋਲ 10ਵੀਂ ਦੇ ਸਰਟੀਫਿਕੇਟ ਸੈਂਡ ਕਰ ਦੋਈ, 4ਥੇ ਨੰਬਰ 'ਤੇ ਪੈਨ ਕਾਰਡ ਜੇ ਹੈਗਾ ਤਾਂ ਠੀਕ ਆ, ਨਹੀਂ ਤਾਂ ਬਿਨਾਂ ਪੈਨ ਕਾਰਡ ਤੋਂ ਵੀ ਹੋ ਜਾਓ ਫਿਲ। 5ਵੇਂ ਨੰਬਰ 'ਤੇ ਮੋਬਾਈਲ ਨੰਬਰ 'ਤੇ ਮੈਸੇਜ ਆਉਂਦਾ ਹੁੰਦਾ, ਜੀਮੇਲ ਆਈ ਡੀ ਇੱਕ ਸੈਂਡ ਕਰ ਦੋਈ 6। ਇਸ ਤੋਂ ਇਲਾਵਾ 7ਵੇਂ ਨੰਬਰ 'ਤੇ ਇੱਕ ਆਪਸ਼ਨ ਹੈਗੀ ਜੀ, ਫਾਦਰ ਅਤੇ ਮਦਰ ਰੇਲਵੇ ਵਿੱਚ ਜੋਬ ਕਰਦੇ ਕਿ ਨਹੀਂ ਇਹ ਦੱਸ ਦਿਓ। ਉਸ ਤੋਂ ਬਾਅਦ 12ਵੇਂ ਨੰਬਰ 'ਤੇ ਆਪਣੇ ਕੋਲ ਨੋਨ ਮੈਡੀਕਲ ਜਾਂ ITI ਸਰਟੀਫਿਕੇਟ ਹੈਗਾ ਤਾਂ ਇਹ ਦੱਸ ਦਿਓ ਜੀ। ਇਹੀ ਇਹਦੇ 'ਚ ਡਾਕੂਮੈਂਟ ਹੈਗੇ ਆ। ਇੰਨੀ ਕੋਈ ਜਾਣਕਾਰੀ ਤੁਸੀਂ ਫਿਲ ਕਰਵਾਉਣਾ ਹੋਵੇ ਤਾਂ ਪੰਜਾਬ ਜੋਬਸ ਆਉਣ ਲਈ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ, ਪੰਜਾਬ ਜੋਬਸ ਆਉਣ ਲਈ ਅਤੇ ਫਿਲ ਕਰਾ ਸਕਦੇ ਹੋ।